वाहेगुरु जी का खालसा, वाहेगुरु जी की फतेह। साडे वार्तालाप का विषय है जो गुरु ग्रंथ ते गुरु पंथ तो ही बेमुख ने, एहो जिहे केसा धारियां जां सहज धारियां नूं की आखे वोट दा। क्यों भैन जी, आ श्रोमणी कमेटी दीआं चोणां विच सहजधारी वोटरां दा जो वेला जिहा उठिया होया, इहदे बारे तुहाडा की ख्याल है? अजे तां भाई साहब सिख पंथ ही इस विषय ते एक मत नहीं हो सकिया। कई कहिंदे सहजधारियां नूं वोट दा कोई हक नहीं, ते कई कहिंदे हक होना चाहिदा है। तुसी दसो पुछ क्यों रहे हो? मेरे ख्याल च तां उहनां नूं वोट दा हक होना चाहिदा है, क्योंकि उहनां दी गुरु घर च शरदा ही बड़ी है। गल सिर्फ शरदा दी नहीं, गल सिधांत दी है। मन लो मेरी किसे मंदिर मस्जिद जां चर्च विच शरदा होवे तां कि मैनूं उस दे प्रबंध करन दा अधिकार मिलना चाहिदा है, जबकि मैनूं उहनां दी मर्यादा ते सिधांत बारे समझ ही नहीं। जथेदार जी, गल तां तुहाडी ठीक है, पर सहजधारी सिख दी गल होर है। गल नहीं होर, सगो सहजधारी सिख शब्द पंथ ते फजूल थोपिया गया, जबकि सिख केवल सिख है, इसकी होर कोई किस्म नहीं है। जेकर दूजे धर्मां दे लोक अपने धर्म स्थानां दा प्रबंध की रुतबा या वोट दा अधिकार किसी गैर धर्मी नूं नहीं दिंदे, तां गुरुद्वारे दे प्रबंध विच किसी गैर सिख नूं अधिकार क्यों दिता जावे? पंथ प्रस्ता की सोच सही है कि सहजधारियों के नाते अनुमति गुरुद्वारे से कब्ज हो सकते हैं, इसलिए सहजधारियों वोट का कोई हक नहीं होना चाहिए। तुहाडी गल नाल मैं सहमत हाँ, पर कुछ सिख विद्वान ते नेता आप ही सहजधारियों के वोट के हक विच क्यों टिंड चकाना पाई बैठे आ? जदों कोई कुर्सी वोटां दीआं गिणतीआं ते आधारित हो जावे तां कई बार विद्वता भी बकाऊ माल बन जांदी है। ਉਹ ਸਾਖਸ਼ ਇਹ ਨਹੀਂ ਜਾਣਦੇ ਕਿ ਸਹਿਜਧਾਰੀਆਂ ਦੇ ਪਰਦੇ ਹੇਠਾਂ ਕਈ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਵੀ ਬਣ ਗਈਆਂ ਤੇ ਗਿਣਤੀ ਵਿੱਚ ਭੁਗਤਾਈਆਂ ਵੀ ਜਾਣਗੀਆਂ। ਸਾਡੀ ਧਾਰਮਿਕ ਗਿਰਾਵਟ ਦਾ ਕਾਰਨ ਵੀ ਇਹੋ ਹੀ ਹੈ ਕਿ ਅਸੀਂ ਪੰਥਕ ਅਸੂਲਾਂ ਨੂੰ ਅੱਖੋਂ ਪਰੋਖੇ ਕਰਕੇ ਧਰਮੀਆਂ ਵਾਲਾ ਨਹੀਂ ਸਗੋਂ ਰਾਜਨੀਤਿਕਾਂ ਵਾਲਾ ਪੈਂਤੜਾ ਅਪਣਾ ਰਹੇ ਹਾਂ। ਕੁਝ ਲੋਕ ਕਹਿੰਦੇ ਹਨ ਕਿ ਜਦੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਹਰ ਕਿਸਮ ਦੇ ਲੋਕ ਵੋਟ ਪਾ ਸਕਦੇ ਸੀ, ਹੁਣ ਕਿਉਂ ਨਹੀਂ? ਇਹ ਬਈ ਸਾਡੇ ਵੱਡਿਆਂ ਤੋਂ ਬਖਬਰੇ ਕਮੀ ਰਹਿ ਗਈ, ਤਾਂ ਹੁਣ ਗੁਰੂ ਪੰਥ ਨੂੰ ਇਸ ਵਿੱਚ ਸੋਧ ਕਰਨ ਦਾ ਹੱਕ ਹੈ। ਜਾਂ ਇੰਝ ਕਹਿ ਲਓ, ਉਸ ਸਮੇਂ RSS ਤੇ ਰਾਸ਼ਟਰੀ ਸਿੱਖ ਸੰਗਤ ਵਰਗੀਆਂ ਪੰਥ ਵਿਰੋਧੀ ਜਥੇਬੰਦੀਆਂ ਸਰਗਰਮ ਨਹੀਂ ਸਨ। ਸਮੇਂ ਦੇ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਆਪਣੀ ਮਰਿਆਦਾ ਤੇ ਸਿਧਾਂਤ ਕਾਇਮ ਰੱਖਣ ਲਈ ਪੈਂਤੜਾ ਲੈਣਾ ਪਏਗਾ। ਨਾਲੇ ਜੋ ਸਹਿਜਧਾਰੀ ਸੈਂਕੜੇ ਸਾਲਾਂ 'ਚ ਆਪਣੇ ਸਹਿਜ ਰੂਪ ਤੋਂ ਇੱਕ ਕਦਮ ਵੀ ਨਹੀਂ ਅੱਗੇ ਚੱਲ ਸਕੇ, ਉਹਨਾਂ ਤੋਂ ਸਿੱਖੀ ਦੀ ਪਰਪੱਕਤਾ ਦੀ ਆਸ ਕਿਵੇਂ ਰੱਖੀ ਜਾ ਸਕਦੀ ਆ? ਜੋ ਰਹਿਣੀ ਦੇ ਕੱਚੇ ਹਨ ਉਹ ਮਰਿਆਦਾ 'ਚ ਕਿਵੇਂ ਪੱਕੇ ਹੋ ਸਕਦੇ ਆ? ਜਥੇਦਾਰ ਜੀ, ਉਂਝ ਮੈਂ ਇਹ ਵੀ ਪੜ੍ਹਿਆ ਕਿ ਜਦੋਂ ਬੋਧੀ, ਜੈਨੀ, ਹਿੰਦੂ, ਈਸਾਈ ਜਾਂ ਇਸਲਾਮ ਵਿੱਚ ਕਿਤੇ ਸਹਿਜਧਾਰੀ ਸ਼ਬਦ ਨਹੀਂ ਤਾਂ ਸਿੱਖਾਂ 'ਚ ਕਿਉਂ ਹੈ? ਲੈ ਭੈਣ, ਹੁਣ ਤੂੰ ਮੇਰੇ ਮਨ ਦੀ ਗੱਲ ਕੀਤੀ ਹੈ। ਇਸੇ ਵਿਸ਼ੇ ਤੇ ਤਾਂ ਪੰਥ ਪ੍ਰਸਤ ਲੋਕ ਦੁਹਾਈ ਪਾ ਰਹੇ ਆ, ਕਿਉਂਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਦੀ ਤਾਰੀਫ ਹੈ। ਜੋ ਇਸਤਰੀ ਜਾਂ ਪੁਰਸ਼, ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨ ਦੀ ਬਾਣੀ ਤੋਂ ਸਿੱਖਿਆ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਤੂੰ ਤਾਂ ਸਹਿਜਧਾਰੀ ਦੀ ਗੱਲ ਕਰਦੀ ਹੈ, ਮੇਰੇ ਜਾਚੇ ਤਾਂ ਇਸ ਕਸਵੱਟੀ ਤੇ ਕਈ ਕੇਸਾਧਾਰੀ ਸਿੱਖ ਵੀ ਨਹੀਂ ਪੂਰੇ ਉੱਤਰਦੇ। ਜੋ ਨਹੀਂ ਪੂਰੇ ਉੱਤਰਦੇ ਉਹਨਾਂ ਨੂੰ ਵੋਟ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਜਥੇਦਾਰ ਜੀ, ਇਹ ਤਾਂ ਤੁਸੀਂ ਅਣਹੋਣੀਆਂ ਗੱਲਾਂ ਕਰੀ ਜਾਂਦੇ ਹੋ, ਕੇਸਾਧਾਰੀ ਕਿਵੇਂ ਨਹੀਂ ਪੂਰੇ ਉੱਤਰਦੇ? ਅਣਹੋਣੀਆਂ ਨਹੀਂ, ਸਗੋਂ ਸੱਚੀਆਂ ਤੇ ਸਿਧਾਂਤਕ ਗੱਲਾਂ ਹਨ। ਧਿਆਨ ਨਾਲ ਸੁਣ ਕੇ ਸਿੱਖੀ ਭੇਸ ਵਿੱਚ ਦੇਹਧਾਰੀ ਗੁਰੂ, ਡੰਮ ਦੇ ਪੁਜਾਰੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਵਾਲੇ ਵੀ ਹਨ, ਜਿਵੇਂ ਨੂਰ ਮਹਿਲੀਏ, ਭੁਨਿਆਰਾਂ ਵਾਲੇ, RSS ਵਾਲੇ, ਤੰਬਾਕੂ ਨੋਸ਼ਵਟ ਭਾਗੀਏ ਦੇ ਚੇਲੇ। ਹੁਣ ਦੱਸ, ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਹੀ ਬੇਮੁਖ ਨੇ, ਇਹੋ ਜਿਹੇ ਕੇਸਾਧਾਰੀਆਂ ਜਾਂ ਸਹਿਜਧਾਰੀਆਂ ਨੂੰ ਕੀ ਹੱਕ ਹੈ ਵੋਟ ਦਾ? ਗੱਲ ਤਾਂ ਤੁਹਾਡੀ ਬਿਲਕੁਲ 16 ਨੇ ਖੜੀ ਹੈ, ਪਰ ਤੁਸੀਂ ਗੁਰਦੁਆਰਾ ਐਕਟ 1925 ਬਾਰੇ ਕੀ ਕਹੋਗੇ, ਜਿਸ ਵਿੱਚ ਕਿਹਾ ਹੈ ਕਿ ਕੇਸਾਧਾਰੀ, ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖ ਪੰਥ ਦਾ ਹਿੱਸਾ ਹਨ? ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਹਿਰੂ ਤਾਰਾ ਸਿੰਘ ਸਮਝੌਤੇ ਤਹਿਤ ਜਨਰਲ ਹਾਊਸ ਬਹੁਮਤ ਵੱਲੋਂ ਲਏ ਗਏ ਫੈਸਲੇ ਨੂੰ ਸਰਕਾਰ ਨੂੰ ਮੰਨਣਾ ਹੀ ਪਏਗਾ। ਜਨਰਲ ਹਾਊਸ ਨੇ 3 ਨਵੰਬਰ 2001 ਨੂੰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਗੁਰਦੁਆਰਾ ਐਕਟ 1925 ਦੀ ਸੋਧ ਦੀ ਸਿਫਾਰਿਸ਼ ਕਰਦਿਆਂ ਸਹਿਜਧਾਰੀਆਂ ਨੂੰ ਵੋਟਾਂ ਦਾ ਹੱਕ ਨਾ ਦੇਣ ਦੀ ਸਿਫਾਰਿਸ਼ ਕੀਤੀ ਹੈ। ਇਸ ਦੀਆਂ ਕਾਪੀਆਂ ਚੋਣ ਕਮਿਸ਼ਨ ਨੂੰ ਭੇਜ ਦਿੱਤੀਆਂ ਸਨ, ਉਹ ਇਸ ਨੂੰ ਨਜ਼ਰਅੰਦਾਜ਼ ਕਰੀ ਜਾਵੇ ਤਾਂ ਗੱਲ ਵੱਖਰੀ ਹੈ। ਪ੍ਰਧਾਨ ਸਾਹਿਬ ਦੀ ਇਸ ਦਿਲ ਵਿੱਚ ਹੀ ਵਜ਼ਨ ਹੈ ਕਿ ਚੋਣ ਕਮਿਸ਼ਨ ਸ਼੍ਰੋਮਣੀ ਕਮੇਟੀ ਤੋਂ ਉੱਪਰ ਨਹੀਂ ਹੈ, ਸਗੋਂ ਉਸਨੇ ਉਸ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਹੈ। ਕਿ ਇਸ ਸੰਬੰਧੀ ਕੋਈ ਠੋਸ ਦਲੀਲ ਹੈ ਕਿ ਗੁਰਦੁਆਰਾ
ਧਾਰੀਆਂ ਤੇ ਸਹਿਜ ਧਾਰੀਆਂ ਲਈ ਵੱਖ ਵੱਖ ਫਾਰਮ ਚੀਫ ਕਮਿਸ਼ਨ ਗੁਰਦੁਆਰਾ ਐਕਟ ਨਿਯੁਕਤੀ ਵੀ ਨੋਟੀਫਿਕੇਸ਼ਨ ਰਾਹੀਂ ਹੋਈ ਹੈ। ਗੁਰਦੁਆਰਾ ਐਕਟ 1971 ਚ ਸੰਸਦ ਵੱਲੋਂ ਪਾਸ ਹੋ ਚੁੱਕਾ ਹੈ। ਉਸ ਚ ਵੋਟਰ ਦੀ ਪਰਿਭਾਸ਼ਾ ਤਬਦੀਲ ਹੈ ਕਿ ਕੇਸਾਂ ਦੀ ਬੇਅਦਬੀ ਕਰਨ ਵਾਲਾ ਜਾਂ 10 ਗੁਰੂ ਸਾਹਿਬਾਨ ਤੋਂ ਬਿਨਾਂ ਕਿਸੇ ਦੇਹਧਾਰੀ ਨੂੰ ਗੁਰੂ ਮੰਨਣ ਵਾਲਾ ਆਪਣੇ ਆਪ ਨੂੰ ਸਿੱਖ ਨਹੀਂ ਅਖਵਾ ਸਕਦਾ। ਜਥੇਦਾਰ ਜੀ, ਕੀ ਇਹ ਸਭ ਕੁਝ ਤੁਹਾਡੀ ਮਨਸ਼ਾ ਅਨੁਸਾਰ ਹੋ ਜਾਏਗਾ? ਭਾਈ ਚਿੰਤਕ ਸਿੰਘ ਜੀ, ਇਹ ਮੇਰੀ ਮਨਸ਼ਾ ਨਹੀਂ ਸਗੋਂ ਹਰ ਪੰਡਰਦੀ ਦੀ ਮਨਸ਼ਾ ਹੈ। ਕੋਈ ਵੀ ਮਰਿਆਦਾ ਜਾਂ ਸਿਧਾਂਤ ਮਿਸ਼ਨਰੀ ਸਪੇਟ ਸ਼ਕਤੀ ਨਾਲ ਪਹਿਰੇ ਦਿੱਤੇ ਬਿਨਾਂ ਕਾਇਮ ਨਹੀਂ ਰਹਿੰਦਾ। ਤੇ ਚੰਗੇ ਗੁਰਸਿੱਖਾਂ ਨੂੰ ਪੂਰਨ ਹਮਾਇਤ ਕਰਨੀ ਚਾਹੀਦੀ ਹੈ, ਜੋ ਸਿੱਖੀ ਦੇ ਪ੍ਰਸਾਰ ਦੇ ਪ੍ਰਸਾਰ ਲਈ ਸਿਧਾਂਤਕ ਸੂਝ ਵੀ ਰੱਖਦੇ ਹਨ। ਸਿੱਖੀ ਦੀ ਮੈਂਬਰੀ ਨੂੰ ਰਾਜਨੀਤੀ ਤੇ ਮਹਿਲ ਤੇ ਜਾਣ ਵਾਲੀ ਪੌੜੀ ਨਾ ਸਮਝਿਆ ਜਾਵੇ, ਸਗੋਂ ਜੋ ਪੰਥ ਪ੍ਰਤੀ ਜ਼ਿੰਮੇਵਾਰੀ ਦੀ ਪੰਡ ਸਮਝੇਗਾ, ਉਸ ਪਾਸੋਂ ਹੀ ਸਿੱਖੀ ਦੀ ਵਰਪਕਤਾ ਦੀ ਆਸ ਰੱਖੀ ਜਾ ਸਕਦੀ ਹੈ। ਪਰ ਜੀ, ਥੋੜਾ ਸਮਾਂ ਪਹਿਲਾਂ ਕੁਝ ਲੇਖਕਾਂ ਨੇ ਲੇਖ ਲਿਖ ਕੇ ਸਹਿਜਧਾਰੀਆਂ ਦੇ ਹੱਕ ਵਿੱਚ ਜ਼ੋਰਦਾਰ ਵਕਾਲਤ ਕੀਤੀ, ਇਹ ਕਿਉਂ? ਇਹ ਉਹਨਾਂ ਦੀ ਨਿੱਜੀ ਸੋਚ ਹੋ ਸਕਦੀ ਆ, ਪਰ ਇਸ ਨੂੰ ਪੰਥ ਤੇ ਗੁਰਦੁਆਰਾ ਪ੍ਰਬੰਧ ਉੱਪਰ ਠੋਸੀ ਨਹੀਂ ਜਾ ਸਕਦੀ। ਮੈਨੂੰ ਪਤਾ ਉਹਨਾਂ ਨੇ ਸਹਿਜਧਾਰੀਆਂ ਦੇ ਵਿਰੋਧ ਕਰਨ ਵਾਲਿਆਂ ਨੂੰ ਨਾਦਾਨ ਕਿਹਾ ਹੈ, ਪਰ ਮੇਰੀ ਜਾਚੇ ਉਹ ਲਿਖਾਰੀ ਖੁਦ ਹੀ ਨਾਦਾਨ ਹਨ, ਜੋ ਮਨ ਘਰ ਦਲੀਲਾਂ ਤੋਂ ਸਿਵਾ, ਵੋਟਾਂ ਦੀ ਵਕਾਲਤ ਤੋਂ ਸਿਵਾ ਗੁਰਦੁਆਰਿਆਂ ਵਿੱਚ ਕਲੀਸ਼ੇ ਪ੍ਰਚਾਰਕ ਕੀਰਤਨੀਆਂ ਤੇ ਕਈ ਹੋਰ ਪਤਿਤ ਲੋਕਾਂ ਨੂੰ ਸੰਗਤੀ ਖੁੱਲ੍ਹ ਦੇ ਵੀ ਜੋ ਦੇ ਰਹੇ ਹਨ। ਇੱਕ ਪਾਸੇ ਸਿੱਖਾਂ ਦੇ ਪਤਿਤਪੁਣੇ ਦੀ ਦੁਹਾਈ, ਦੂਜੇ ਪਾਸੇ ਸਾਡੇ ਨੀਮ ਹਕੀਮ ਫੇ ਬਦ ਹਜ਼ਮੀ ਹੋ ਜਾਏ ਤਾਂ ਕੱਚੀਆਂ ਰੋਟੀਆਂ ਦੱਬ ਕੇ ਖਾਓ, ਇੱਕ ਪਾਸੇ ਸ਼ੈਤਾਨ ਤਾਕਤਾਂ ਗੁਰਮਤ ਦੀ ਫਿਲਾਸਫੀ ਨੂੰ ਰਲਗੜ ਕਰਨ ਲਈ ਤਰਲੋਂ ਮੱਛੀ ਹੋ ਰਹੀਆਂ ਹਨ, ਤੇ ਦੂਜੇ ਪਾਸੇ ਸਾਡੇ ਭੋਲੇ ਪਾਤਸ਼ਾਹ ਫਰਾਖ ਦਿਲ ਇੱਥੇ ਗੁਰਮਤ ਚਿੰਤਕਾਂ ਦੇ ਦਿਲ ਦਾ ਕੋਈ ਉੱਤਰ ਤਾਂ ਦੇਵੇ। ਕੀ ਦਲੀਲ ਹੈ ਭਾਈ ਸਾਹਿਬ? ਕਿ ਸਿੱਖ ਗੁਰਦੁਆਰਿਆਂ ਵਿੱਚ ਮੂਰਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ, ਕਿ ਸ਼ਬਦ ਗੁਰੂ ਦਾ ਸਿਧਾਂਤ ਕਾਇਮ ਰਹਿ ਜਾਊਗਾ, ਕਿ ਸਹਿਜਧਾਰੀਆਂ ਦੇ ਨਾਂ ਹੇਠ ਗਲਤ ਵੋਟਾਂ ਨਹੀਂ ਭੁਗਤਣਗੀਆਂ, ਕਿ ਗਲਤ ਵੋਟਾਂ ਭੁਗਤਾ ਕੇ ਬੜੇ ਮੈਂਬਰ ਸਿੱਕੇ ਪ੍ਰਚਾਰ ਲਈ ਤਤਪਰ ਹੋਣਗੇ, ਕਿ ਦੇਹਧਾਰੀਆਂ ਕਰਮ ਕਾਂਡੀਆਂ ਜੰਤਰਾਂ ਮੰਤਰਾਂ ਤੰਤਰਾਂ ਵਰਗੀਆਂ ਅਨੁਮਤੀਆਂ ਸੁਧਾਰ ਦੀ ਆਸ ਰਹੇਗੀ। ਜੇ ਸਭ ਕੁਝ ਸਿੱਖ ਪੰਥ ਨੂੰ ਪ੍ਰਵਾਨ ਹੈ ਤਾਂ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਜ਼ਰੂਰ ਦੇਵੋ, ਜੇ ਨਹੀਂ ਤਾਂ ਵਿਰੋਧ ਵਿੱਚ ਪੰਥ ਦੀ ਸੁਰ ਇੱਕ ਹੋਣੀ ਚਾਹੀਦੀ ਹੈ। ਜਥੇਦਾਰਨੀ ਜੀ, ਇੱਕ ਪਾਸੇ ਸਹਿਜਧਾਰੀਆਂ ਦੀਆਂ ਵੋਟਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਤੇ ਦੂਜੇ ਪਾਸੇ ਹਾਈ ਕੋਰਟ ਵਿੱਚ ਰਿੱਟ ਵੀ ਹੋਈ ਹੈ ਕਿ ਵੋਟ ਦਾ ਅਧਿਕਾਰ ਨਾ ਦਿੱਤਾ ਜਾਵੇ, ਪਰ ਜੋ ਵੋਟਾਂ ਬਣ ਰਹੀਆਂ ਹਨ ਉਹਨਾਂ ਦਾ ਕੀ ਕੀਤਾ ਜਾਵੇ? ਇੱਥੇ ਆ ਕੇ ਹਰ ਪੰਥ ਦਰਦੀ ਨੂੰ ਆਪਣੇ ਫਰਜ਼ਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਉਹ ਸੱਜਣ ਜੋ ਬਾਅਦ ਵਿੱਚ ਗੁਰਦੁਆਰਾ ਪ੍ਰਬੰਧ ਪ੍ਰਤੀ ਕਚੀਰਾ ਕਰਦੇ ਹਨ ਕਿ ਆਹ ਠੀਕ ਨਹੀਂ ਉਹ ਠੀਕ ਨਹੀਂ, ਉਹਨਾਂ ਸਭਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਤਾਂ ਜੋ ਪਹਿਲਾਂ ਵੋਟਾਂ ਬਣਨ ਤੇ ਫਿਰ ਪੋਲਿੰਗ ਵਿੱਚ ਹੇਰਾ ਫੇਰੀ ਨਾ ਹੋਵੇ। ਮੱਕੀ ਬੀਜ ਕੇ ਜੱਟ ਲੰਮੀਆਂ ਤਾਣ ਕੇ ਨਹੀਂ ਸੌਂਦਾ, ਸਗੋਂ ਜ਼ਿੰਮੇਵਾਰੀ ਵੱਧਦੀ ਆ ਜਦੋਂ ਛੱਲੀਆਂ ਤੋਂ ਕਾਂ ਤੋਤੇ ਉਡਾਉਣੇ ਪੈਂਦੇ ਨੇ। ਸਾਡੇ ਵੱਡੇ ਵਡੇਰਿਆਂ ਨੇ ਜੇ ਕੁਰਬਾਨੀਆਂ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਸਥਾਪਿਤ ਕੀਤੀ ਹੈ ਤਾਂ ਹਰ ਗੁਰੂ ਨਾਨਕ ਨੇ ਵਾਲਾ ਫਰਜ਼ ਬਣਦਾ ਕਿ ਅਸੀਂ ਇਸ ਦੇ ਪ੍ਰਬੰਧਕੀ ਢਾਂਚੇ ਦੇ ਸੁਧਾਰ ਲਈ ਵੀ ਯੋਗਦਾਨ ਪਾਈਏ। ਗੁਰਸਿੱਖਾਂ ਨੂੰ ਵੋਟਾਂ ਬਣਾਉਣੀਆਂ ਤੇ ਪੋਲਿੰਗ ਤੱਕ ਪੂਰਾ ਨੋਟਿਸ ਲੈਣਾ ਚਾਹੀਦਾ। ਅਸੀਂ ਚੰਗੇ ਪ੍ਰਬੰਧਕ ਸਿੱਝ ਲਈਏ ਤਾਂ ਹੀ ਸਿੱਖੀ ਦੀ ਪਰਿਪੱਕਤਾ ਦੀ ਆਸ ਰੱਖੀ ਜਾ ਸਕਦੀ ਹੈ। ਇਹ ਅੱਜ ਸਮੇਂ ਦੀ ਵੰਗਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।